और की बात कहां ते तो सो। और की बात कहां के तो सो, सो पेट ही के पट बीच मचावे। पेट ही के पाट बीच बचावे, सो पेट ही के पाट बीच बचावे। और की बात कहां के तो सो, और की बात कहां के तो सो। रोगन ते यार सोगन ते, रोगन ते यार सोगन ते, जल जो रोगन ते यार सोगन ते, रोगन ते यार सोगन ते, जल जोगन ते बहु पाप बचावे। और की बात कहा के तो सो, सो पेट ही के पाट बीच बचावे, सो पेट ही के पाट बीच बचावे। और की बात कहा के तो सो, और की बात सत्र अनेक चलावत का, सत्र अनेक चलावत का, पौतन एक न लागन पावे। तौतन एक न लागन पावे, सत्र अनेक चलावत का,
सत्र अनेक कलावत काव तौतन एक ललावन पावे और की बात कहा कहे तो सो और की बात कहा कहे तो सो सो पेट ही के पेटी के पट बीच बजावे और की बात कहते तो सो और की बात कहाँ कहते सो रखत है अपनो कर दे करो रखत है अपनो कर दे कर पाप सबू न पेट पाप सबू न पेटन पावे राखत है अपनो कर दे कर राखत है अपनो पाप समूह न पेटन पावे और की बात कहा गए तो सो और की बात कहा गए तो सो सो पेट ही के पट बीच बचावे पेट ही के पट बीच बचावे और की बात कहा कहे तो सो और की बात कहा कहे तो सो सो पेट ही के पट बीच बचावे सो पेट ही के पट बीच बचावे ਸਾਡਾ ਜੋ ਧਰਮ ਹੈ ਸਾਡੇ ਜੋ ਗੁਰੂਆਂ ਦੀਆਂ ਸਿੱਖਿਆਵਾਂ ਨੇ ਉਹ ਤਾਂ ਹੈ ਹੀ ਹਨ ਉਹਨਾਂ ਨੇ ਸਿੱਧੀ ਵੀ ਕਰਕੇ ਦੱਸਿਆ ਅਤੇ ਸਿੱਧੀ ਵੀ ਹੋਈਆਂ ਜਿਵੇਂ ਹੁਣ ਇਹ ਸ਼ਬਦ ਮੈਂ ਗਾਇਨ ਕਰ ਰਿਹਾ ਸੀ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਰੋਗ ਸੋਕ ਅਤੇ ਦੂਰ ਦੀ ਗੱਲ ਹੈ ਉੱਤੇ ਨਾਲ ਕੋਲ ਭਟਕਦੇ ਵੀ ਨਹੀਂ ਇੱਥੋਂ ਤੱਕ ਕਿ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਜਿੰਨੇ ਵੀ ਸਤਰੂ ਕਾਵ ਦੇਣਗੇ ਨਾ ਜੇ ਉਹ ਵੀ ਨਹੀਂ ਲੱਗਦੇ ਵਾਕਈ ਅੱਜ ਬਾਬਾ ਦੀਪ ਸਿੰਘ ਜੀ ਦਾ ਵੀ ਦਿਹਾੜਾ ਹੈ ਉਹਨਾਂ ਦਾ ਜਨਮ ਦਾ ਦਿਹਾੜਾ ਹੈ ਅਤੇ ਉਹਨਾਂ ਨੇ ਇਹ ਗੱਲ ਵਾਕਈ ਹੀ ਸਿੱਧ ਕਰਕੇ ਦੱਸਦੀ ਸਾਡੇ ਜੋ ਚਿਹਰੇ ਅਸੀਂ ਜਾਣਦੇ ਹਾਂ ਕਿ ਜੋ ਸਾਡੇ ਚਿਹਰੇ ਹਨ ਦਰਅਸਲ ਉਹ ਸਾਡੇ ਚਿਹਰੇ ਨਹੀਂ ਸਾਡਾ ਚਿਹਰਾ ਕੁਛ ਹੋਰ ਹੈ ਉਹ ਪਰਮਾਤਮਾ ਦੀ ਜੋਤ ਸਾਡੇ ਅੰਦਰ ਵੱਸਦੀ ਹੈ ਉਹ ਜੋ ਘੱਟ ਘੱਟ ਦੇ ਅੰਦਰ ਵੱਸਦੀ ਹੈ ਉਹ ਸਾਡਾ ਅਸਲੀ ਚਿਹਰਾ ਹੈ
ਜਦੋਂ ਉਹ ਸਾਨੂੰ ਪ੍ਰਾਪਤ ਹੋ ਜਾਏਗਾ, ਅਸੀਂ ਉਸ ਤੋਂ ਅਵਗਤ ਹੋ ਜਾਵਾਂਗੇ, ਫਿਰ ਇਸ ਚਿਹਰੇ 'ਤੇ ਜਿੰਨੇ ਮਰਜ਼ੀ ਘਾਵ ਆਉਣ, ਸੋਗ ਆਏ, ਰੋਗ ਆਏ, ਸਾਨੂੰ ਕੋਈ ਫਰਕ ਨਹੀਂ ਪਏਗਾ, ਬਿਲਕੁਲ ਵੀ ਨਹੀਂ ਪਏਗਾ। ਇਹ ਸਾਰੀਆਂ ਜੋ ਗੱਲਾਂ ਨੇ ਨਾ, ਇਹ ਗੁਰੂਆਂ ਨੇ ਸਿੱਧ ਕਰਕੇ ਵੀ ਦੱਸੀਆਂ ਨੇ। ਤੱਤੀਆਂ ਲੋਮਾਂ 'ਤੇ ਬੈਠੇ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਦੀਪ ਸਿੰਘ ਜੀ, ਉਹ ਕਿੰਨੇ ਸਾਡੇ ਸ਼ਹੀਦਾਂ, ਜੇ ਮੈਂ ਨਾਮ ਲਾਵਾਂ ਤਾਂ ਮੈਨੂੰ ਯਾਦ ਵੀ ਨਹੀਂ ਆਉਣੇ ਇੰਨੇ ਸ਼ਹੀਦ, ਔਰ ਇੰਨੇ ਅਨੋਖੇ ਤਰੀਕੇ ਨਾਲ ਉਹਨਾਂ ਨੇ ਸ਼ਹੀਦੀ ਦਿੱਤੀ ਕਿ ਸੁਣਨ 'ਚ ਯਕੀਨ ਹੀ ਨਹੀਂ ਆਉਂਦਾ। ਪਰ ਉਹਨਾਂ ਨੇ ਦਰਦ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ, ਉਹਨਾਂ ਨੂੰ ਲੱਗੀ ਨਹੀਂ ਦਰਦ, ਦੁੱਖ ਲੱਗਿਆ ਹੀ ਨਹੀਂ, ਪਰੇਸ਼ਾਨੀ ਹੋਈ ਹੀ ਨਹੀਂ। ਸੋ ਕਿਉਂ ਨਾ ਅਸੀਂ ਵੀ ਗੁਰੂਆਂ ਦੇ ਕਹਿਣ 'ਤੇ ਨਾਮ ਸਿਮਰਨ ਕਰਕੇ ਉਸ ਪਰਮਾਤਮਾ ਨੂੰ ਜਾਣ ਜਾਈਏ ਜੋ ਸਾਡੇ ਅੰਦਰ ਵਸਦਾ ਹੈ। ਫਿਰ ਜਦੋਂ ਸਾਨੂੰ ਮੌਤ ਆਏ ਤਾਂ ਅਸੀਂ ਵੀ ਕਬੀਰ ਵੰਗਰ ਗਾ ਸਕੀਏ, ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਿਉਂ ਨਾ ਅਸੀਂ ਜਾਣ ਜਾਈਏ, ਅਸੀਂ ਵੀ ਉਹ ਗਲਤੀ ਨਾ ਕਰੀਏ ਜੋ ਕਬੀਰ ਜੀ ਕਹਿੰਦੇ ਹਨ ਕਿ ਉਹ ਲੋਕ ਮਰਦੇ ਨੇ ਜਿਨ੍ਹਾਂ ਨੇ ਰਾਮ ਨੂੰ ਜਾਣਿਆ ਨਹੀਂ, ਭਾਵੇਂ ਪੂਜਾ ਕੀਤੀ ਹੋਵੇ ਪੂਰੀ ਉਮਰ। ਪੂਜਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ, ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਅੱਜ ਤੁਹਾਡੇ ਘਰ ਬੱਚਾ ਹੋਇਓ, ਉੱਤੇ ਚੰਦਰਮਾ ਨੂੰ ਕਹਿਣਾ ਸ਼ੁਰੂ ਕਰ ਦਿਓ ਕਿ ਇਹ ਸੂਰਜ ਹੈ, ਉਹਨੇ ਸੂਰਜ ਕਹਿਣਾ ਸ਼ੁਰੂ ਕਰ ਦੇਣਾ, ਉਹਨਾਂ ਕੀ ਫਰਕ ਪੈਣਾ, ਚੰਦਰਮਾ ਨੇ ਤਾਂ ਚੰਦਰਮਾ ਰਹਿਣਾ। ਇਸ ਤਰ੍ਹਾਂ ਹੀ ਮੰਨਣਾ ਸਾਡੀ ਬਹੁਤ ਵੱਡੀ ਭੁੱਲ ਹੁੰਦੀ ਹੈ, ਅਸੀਂ ਮੰਨ ਲੈਂਦੇ ਹਾਂ, ਅਸੀਂ ਜਾਣ ਨਹੀਂ ਪਾਉਂਦੇ। ਇਸ ਵਾਸਤੇ ਗੁਰਬਾਣੀ 'ਚ ਵਾਰ ਵਾਰ ਕਿਹਾ ਹੈ, ਬਿਸਮਨ ਬਿਸਮ ਭਏ ਬਿਸਮਾ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਹਨੇ ਬੂਝ ਲਿਆ ਉਸ ਪਰਮਾਤਮਾ ਨੂੰ, ਉਹਨੂੰ ਹੀ ਉਸਦਾ ਸਵਾਦ ਆ ਸਕਦਾ ਹੈ। ਨਾ ਤਾਂ ਉਹ ਕਥਾ ਦੇ ਨਾਲ ਜਿੰਨਾ ਮਰਜ਼ੀ ਉਸਨੂੰ ਸੁਣ ਲਓ, ਕਿਉਂਕਿ ਕਥਾ ਤੁਸੀਂ ਸੁਣ ਹੀ ਨਹੀਂ ਸਕਦੇ, ਕਿਉਂਕਿ ਗੁਰੂ ਨਾਨਕ ਦੇਵ ਜੀ ਖੁਦ ਕਹਿੰਦੇ ਹਨ, ਤਾਂਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਹੋਰ ਅਸੀਂ ਜੋ ਲੋਕ ਹਾਂ ਨਾ, ਪੰਡਿਤ ਟਾਈਪ ਲੋਕ ਜੋ ਆਉਂਦੇ ਹਾਂ ਤੁਹਾਡੇ ਗੁਰਦੁਆਰੇ ਔਰ ਕਥਾ ਕਰਨੇ ਹਾਂ ਅਤੇ ਬੜੀ ਅੱਛੀ ਅੱਛੀ ਗੱਲਾਂ ਕਰਨੇ ਹਾਂ, ਅਸੀਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਪਤਾ ਕੀ ਕਿਹਾ, ਸੁਣ ਵੱਡਾ ਆਖੇ ਸਭ ਕੋਈ। ਉਸ ਪਰਮਾਤਮਾ ਦੀ ਵਡਿਆਈ ਸੁਣ ਸੁਣ ਕੇ ਉਸਨੂੰ ਸਾਰੇ ਵੱਡੇ ਆਖਦੇ ਹਨ, ਬੜੀ ਉਪਮਾ ਕਰਦੇ ਹਨ। ਸ਼ਬਦ ਇੰਨੇ ਭਾਰੇ ਭਾਰੇ ਚੁਣ ਲੈਂਦੇ ਹਾਂ, ਪਰ ਅਸੀਂ ਜਾਣਦੇ ਕੁਛ ਨਹੀਂ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਇਹ ਸਾਨੂੰ ਪਤਾ ਹੀ ਨਹੀਂ ਕਿ ਅਸਲ 'ਚ ਹੈ ਕਿੰਨਾ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਕੀਮਤ ਪਾਏ ਨਾ ਕਹਿਆ ਜਾਏ, ਫਿਰ ਕਿਹਾ ਨਹੀਂ ਜਾਂਦਾ, ਕਿਉਂਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ। ਅਸੀਂ ਉਸੀ ਚੀਜ਼ ਦਾ ਵਿਖਿਆਨ ਕਰ ਸਕਦੇ ਹਾਂ ਜੋ ਪ੍ਰੈਕਟੀਕਲੀ ਫਿਜ਼ੀਕਲੀ, ਇਹ ਫਿਜ਼ਿਕਸ ਦਾ ਨਿਯਮ ਹੈ, ਅਸੀਂ ਉਸੀ ਚੀਜ਼ ਨੂੰ ਵਿਖਿਆਨ ਕਰ ਸਕਦੇ ਹਾਂ ਜਿਹੜੀ ਚੀਜ਼ ਸਾਡੇ ਤੋਂ ਪ੍ਰਤੱਖ ਹੈ, ਸਾਡੇ ਤੋਂ ਦੂਰ ਹੈ। ਅਸੀਂ ਹਿਮਾਲੇ ਦੀ ਉਚਾਈ ਨਾਪ ਸਕਦੇ ਹਾਂ, ਦੱਸ ਸਕਦੇ ਹਾਂ। ਅਸੀਂ ਹਾਥੀ ਕਿੰਨਾ ਵੱਡਾ ਹੈ, ਅਸੀਂ ਦੱਸ ਸਕਦੇ ਹਾਂ ਇੰਨਾ ਵੱਡਾ ਹਾਥੀ, ਇੰਨਾ ਭਾਰ ਉਹਦਾ। ਪਰ ਜੇ ਅਸੀਂ ਖੁਦ ਹੱਥ 'ਤੇ ਕੰਨ ਹੋਈਏ, ਸਾਨੂੰ ਪਤਾ ਹੀ ਨਹੀਂ ਕਿ ਹਾਥੀ ਕਿਹੋ ਜਿਹਾ ਹੈ। ਸਾਡਾ ਹੁਣ ਮੇਰਾ ਇਹ ਹੱਥ ਹੈ, ਇਹ ਹੱਥ ਮੈਨੂੰ ਨਹੀਂ ਜਾਣ ਸਕਦਾ, ਕਿਉਂਕਿ ਇਹ ਮੇਰਾ ਹੀ ਹਿੱਸਾ ਹੈ। ਅਸੀਂ ਪਰਮਾਤਮਾ ਨੂੰ ਕਦੀ ਵਿਖਿਆਨ ਪੂਰਾ ਕਰ ਨਹੀਂ ਸਕਦੇ। ਕਬੀਰ ਜੀ ਕਹਿੰਦੇ ਹਨ, ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ। ਹੁਣ ਜਦੋਂ ਮੈਨੂੰ ਪ੍ਰਾਪਤੀ ਹੋਈ ਹੈ ਤਾਂ ਮੈਨੂੰ ਹੁਣ ਪਰਮਾਤਮਾ ਤੋਂ ਇਲਾਵਾ, ਉਸ ਹਰੀ ਤੋਂ ਇਲਾਵਾ ਹੋਰ ਕੁਛ ਨਹੀਂ ਦਿੱਤਾ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਏ। ਹੁਣ ਜੋ ਗੱਲ ਸੀ ਨਾ, ਉਹ ਬੇਗਲ ਹੋ ਗਈ, ਹੁਣ ਨਹੀਂ ਮੈਂ ਵਿਖਿਆਨ ਕਰ ਸਕਦਾ, ਹੁਣ ਕੁਛ ਨਹੀਂ ਕਹਿ ਸਕਦਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਜਿੰਨਾ ਮਰਜ਼ੀ ਤੁਸੀਂ ਜਿਹਨਾਂ ਦੀ ਪ੍ਰਾਪਤੀ ਕੀਤੀ ਹੋਏ ਉਹਨਾਂ ਕੋਲ ਜਾ ਕੇ ਵਿਖਿਆਨ ਪਰਮਾਤਮਾ ਬਾਰੇ ਸੁਣ ਲਓ, ਕੋਈ ਅਸਰ ਨਹੀਂ ਹੋਣਾ, ਕਿਉਂਕਿ ਗੁਰੂ ਨਾਨਕ ਦੇਵ ਜੀ ਖੁਦ ਕਿਹਾ, ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ। ਲੱਖ ਵਾਰੀ ਤੁਸੀਂ ਉਸਨੂੰ ਸੋਚ ਲਓ, ਸੋਚ ਸੋਚ ਕੇ ਵੀ ਤੁਸੀਂ ਉਸਨੂੰ ਇਮੈਜਿਨ ਨਹੀਂ ਕਰ ਸਕਦੇ, ਸੋਚ ਨਹੀਂ ਕਰ ਸਕਦੇ। ਕਰਮੀ ਆਪੋ ਆਪਣੀ ਕੇ ਨੇੜੇ ਕਹਿ ਤੂੰ। ਕੋਈ ਕਿਸੇ ਨੂੰ ਦੱਸ ਕੇ, ਕਹਿ ਕੇ, ਇੰਸਟਰਕਸ਼ਨ ਦੇ ਕੇ ਉਸ ਪਰਮਾਤਮਾ ਦੇ ਕੇ ਨੇੜੇ ਜਾਂ ਦੂਰ ਨਹੀਂ ਕਰ ਸਕਦਾ।
अपने आप खटना पेगा, अपने आप परमात्मा नू अर्न करना पेगा, अटेन करना पेगा, कमाना पेगा परमात्मा नू। क्योंकि हुन तुसी किन्ने कीर्तन बार करवाते हो, कोई ऐसा कीर्तन बार पूर्ण मन्या नहीं जाएगा जे मैं जे रागी ना पढ़न जिन्नी नाम ते आया गेम सत्कार नानक ते मुख उचले केती छुट्टी। मेरा हर एक कीर्तन दे विच यही कहना हुंदा है कि हुन थोड़ा बस करिए, कथा सुन सुन के असी बहुत सुनिया कथा, शायद साढ़े कान भी पक गए ने, सानू इन्ना भी होश नहीं है। क्योंकि कोई चीज़ जो पक जाती है ना उसका आभास होना बहुत ही मुश्किल हो जाता है। हुन किन्ना असी कथा सुनांगे, किन्ने होर गुरुद्वारे आवांगे, आखिर असी यात्रा शुरू क्यों नहीं करते, आखिर असी उस परमात्मा वाल यात्रा क्यों नहीं करांगे। हुने असी हुने मैं कीर्तन शुरू किया, जाप साहब की पंक्तियां दंडोत विच गाईयां, वो अनुभव प्रकाश सानू क्यों नहीं दिखता, अखा बंद करने या नेरे तो सिवा सानू कुछ नहीं दिखता, क्यों नहीं असी यात्रा शुरू करते। किनिया साड़िया उम्र हो गई ने, होर सब तो वड्डी गल है कि सानू पता ही नहीं कि साडा कांटा कदों हिल जाना, तो कदों असी तुर जाना। जरूरी नहीं है कि सारे वृद्ध होकर ही इस संसार तो जान, किसी का कुछ भी पता नहीं। इस वास्ते कुदरत कोल ते समय की कमी नहीं, परमात्मा कोल और कुदरत कोल समय की कोई कमी नहीं। जे असी नहीं अराधांगे वह दोबारा दोबारा इस संसार ते जन्म दवा दवा के भेजी जाएगा, भेजी जाएगा, भेजी जाएगा। वो कोल कमी टाइम की कमी है ही नहीं, ना जगह की कमी है। कमी है तो सिर्फ साढ़े कोल है। गुरु तेग बहादुर जी कहते हैं ना, किन्ने तरले लैके कहते ने, अवसर बीत्यो जात है कहो मान लै मेरो। अवसर बीत रहा है, कुछ कर लो, चेतना है तो चेत लै, निस दिन में प्राणी, अवसर बीत्यो जात है। अवसर के गान करिए, शब्द का हुक्म होया है, मित्र प्यारे नू हाल मुरीदा दा कह। उसी मित्र की गल कर रहे हैं श्री गुरु गोबिंद सिंह जी महाराज, जिहड़े मित्र नू असी नहीं जानते, साढ़े अंदर जरूर है पर असी अजे उन्हूं बुझिया नहीं, अजे असी उसनू भुले बैठे। और जदों असी उन्हूं भुले बैठे हाँ, जिवें कहिंदे हन परमेश्वर दे भुलियां व्यापन सभै रो, उस तरह ही गुरु गोबिंद सिंह जी ऐ गा रहे हैं, उन्हां दी कलम ऐ कह रही है कि तुद बिन रोग रजाइयां दा ओढ़न, नाग निवासां दे रहना, सूल सुराही खंजर प्याला, बिंग कसाइयां दा सहना, यालड़े दा सानू सत्थर चंगा, पठ खेड़ियां दा रहना। पर उस परमात्मा दे बिना साडा यही हाल है, और सारा सब दा यही हाल है। साडा वाकई ही साडे जो जिंदगी है वो नाग दे नाल होर पता नहीं किन्ने किन्ने परेशानियां दे नाल असी उलझे पए, साडी जिंदगी इन्नी उलझी पई है कि सानू होश भी नहीं। सो आओ वो मित्र खोजन दी असी भी चाह पैदा करिए।